ਕਹਿੰਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇ ਕੇ ਥਾਪਣਾ ਪੰਜ ਤੀਰ ਪੰਜ ਪਿਆਰੇ 25 ਸਿੰਘ ਇੱਕ ਨਿਸ਼ਾਨ ਸਾਹਿਬ ਇੱਕ ਨਗਾਰਾ ਸਾਹਿਬ ਬਖਸ਼ਿਸ਼ ਕਰਕੇ ਪੰਜਾਬ ਵੱਲ ਤੋਰ ਦਿੱਤਾ ਲੋਹੇ ਦੇ ਸੁਹਾਗੇ ਵਾਂਗ ਜਾਲ ਮਾਰੂ ਡਲੀਆਂ ਵਾਂਗ ਭੰਗਦਾ ਭੰਗਦਾ ਦਿੱਲੀ ਦਾ ਸਰਕਾਰੀ ਖਜ਼ਾਨਾ ਲੁੱਟਿਆ ਗਰੀਬਾਂ ਵਿੱਚ ਵੰਡਿਆ ਗਿਆ ਉਦੋਂ ਅੱਗੇ ਜਾਲਮਾਂ ਨੂੰ ਸੋਧਦਾ ਸੋਧਦਾ ਸਤਿਗੁਰੂ ਦਾ ਬਖਸ਼ ਕੀਤਾ ਹੋਇਆ ਜਕਾਰਾ ਗਜਾਉਂਦਾ ਬੰਦਾ ਸਿੰਘ ਬਹਾਦਰ ਸਮਾਣੇ ਦੇ ਨੇੜੇ ਆਏ ਸਮਾਣਾ ਉਹ ਸ਼ਹਿਰ ਹੈ ਜਿੱਥੇ ਨੇ 22 ਘਰਾਣੇ ਅਮੀਰ ਜਿਨ੍ਹਾਂ ਨੂੰ ਬੱਗੀਆਂ ਦੇ ਚੱਲਣ ਦਾ ਸਰਕਾਰ ਵੱਲੋਂ ਹੁਕਮ ਸੀ ਉਸੇ ਸਮਾਣੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਜਲਾਦ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕਰਨ ਵਾਲੇ ਜਲਾਦ ਰਹਿੰਦੇ ਸਨ ਸਮਾਣੇ ਨੂੰ ਸੋਧਣਾ ਅਤਿ ਜ਼ਰੂਰੀ ਸੀ ਸਮਾਣੇ ਦੇ ਨੇੜੇ ਆਏ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰਮਤਾ ਸੋਧ ਕੇ ਸਵਈਆਂ ਦਾ ਕਰਿਆ ਅਭਿਆਸ ਹੇ ਰੱਬ ਹੇ ਸੱਸ ਹੇ ਕਰਨਾ ਨਿਧ ਮੇਰੀ ਮੈਂ ਬੇਨਤੀ ਸੁਣ ਲੀਜੇ ਉਹ ਨਾ ਮਾਗ ਤੋ ਤੁਮ ਤੇ ਕਸ਼ ਚਾਹੇ ਤੋ ਚਿੱਤ ਮੈਂ ਸੋਈ ਕੀਜੇ ਸ਼ਸਤਰ ਸੁਆਤੀ ਰਲ ਭੀਤਰ ਜੂਝ ਮਰੂ ਤੋ ਸਾਧ ਭਤੀਜੇ ਸੰਤ ਸਹਾਏ ਸਦਾ ਜਗ ਮਾਏ ਕਿਰਪਾ ਕਰ ਸ਼ਾਮ ਹੈ ਵਰ ਜੀਜੇ ਬਾਬਾ ਬੰਦਾ ਸਿੰਘ ਬਹਾਦਰ ਨੇ ਬੋਲੇ ਸੋ ਨਿਹਾਲ ਦੇ ਚਕਾਰੇ ਨਾਲ ਅਸਮਾਨ ਚ ਪਾਈ ਗੂੰਜ ਦਾਗੜ ਦਾਗੜ ਧੋਸੇ ਤੇ ਲਾਈਆਂ ਚੋਟਾਂ ਜਾਲਮਾਂ ਨੂੰ ਸੁੱਧ ਲਈ ਕਹਿਰੀ ਹੱਲਾ ਸਮਾਣੇ ਦੇ ਉੱਤੇ ਪਲਸਦਾ ਹੈ ਇੰਜ ਬੋਲਿਆ